ਜੰਮੂ ਕਸ਼ਮੀਰ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਯੇਚੁਰੀ ਦੀ ਅਰਜ਼ੀ ਤੇ ਸੁਣਵਾਈ, ਯੇਚੁਰੀ ਸਮੇਤ ਦੋ ਲੋਕਾਂ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ। ਸੁਪਰੀਮ ਕੋਰਟ ਨੇ ਧਾਰਾ 370 ਹਟਾਉਣ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ, ਕੇਂਦਰ ਨੇ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ ਕਰਨ ਦਾ ਕੀਤਾ ਵਿਰੋਧ। ਜੰਮੂ ਕਸ਼ਮੀਰ ਚ ਮੀਡੀਆ ਕਵਰੇਜ ਦੀ ਮੰਗ ਵਾਲੀ ਅਰਜ਼ੀ ਤੇ ਸੁਣਵਾਈ, ਸੁਪਰੀਮ ਨੇ ਸਰਕਾਰ ਤੋਂ 7 ਦਿਨਾਂ ਚ ਮੰਗਿਆ ਜਵਾਬ, ਅਕਤੂਬਰ ਚ ਸੰਵਿਧਾਨਿਕ ਬੈਂਚ ਕਰੇਗਾ ਸੁਣਵਾਈ। ਪਾਕਿਸਤਾਨ ਤੇ ਸੁਬ੍ਰਮਣਿਅਮ ਸਵਾਮੀ ਦਾ ਟਵੀਟ ਵਾਰ ਕਿਹਾ, ਨਵੰਬਰ ਤੱਕ ਹੋ ਸਕਦਾ ਹੈ ਤਖਤਾ ਪਲਟ। ਬੀਜੇਪੀ ਨੇ ਰਾਜ ਸਭਾ ਮੈਂਬਰ ਸੁਬ੍ਰਮਣਿਅਮ ਸਵਾਮੀ ਦੇ ਭਵਿੱਖਬਾਣੀ ਕਰਦੇ ਕਿਹਾ ਕਿ ਪਾਕਿਸਤਾਨ ਚ ਇੱਕ ਵਾਰ ਫਿਰ ਤੋਂ ਫੌਜ ਦਾ ਰਾਜ ਹੋ ਸਕਦਾ ਹੈ। ਦਿੱਲੀ ਚ ਸ਼ਾਮ 4 ਵਜੇ ਕੇਂਦਰੀ ਕੈਬਨਿਟ ਦੀ ਅਹਿਮ ਬੈਠਕ, ਜੰਮੂ ਕਸ਼ਮੀਰ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਸੰਭਵ। ਜੰਮੂ ਕਸ਼ਮੀਰ ਚ ਬੁਨਿਆਦੀ ਢਾਂਚਾ ਖੜਾ ਕਰਨ ਲਈ ਵਿਸ਼ੇਸ਼ ਪੈਕੇਜ ਸੰਭਵ, 31 ਅਕਤੂਬਰ ਨੂੰ ਜੰਮੂ ਕਸ਼ਮੀਰ ਤੇ ਲਦਾਖ ਬਣਨਗੇ ਕੇਂਦਰ ਸ਼ਾਸਿਤ ਪ੍ਰਦੇਸ਼। ਪਿਛਲੇ 5 ਦਿਨਾਂ ਤੋਂ ਕਰਤਾਰਪੁਰ ਲਾਂਘੇ ਦਾ ਕੰਮ ਬੰਦ, 3 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਸਾਰੇ ਟਰੱਕ ਚਾਲਕਾਂ ਨੇ ਰੋਕੇ ਆਪਣੇ ਟਰੱਕ। ਟਰੱਕ ਦਾ ਚੱਕਾ ਜਾਮ ਹੋਣ ਕਾਰਨ ਲਾਂਘੇ ਦੀ ਉਸਾਰੀ ਲਈ ਨਹੀਂ ਪਹੁੰਚ ਪਾ ਰਿਹਾ ਸਮਾਨ, ਜਿਸ ਕਾਰਨ ਕੋਰੀਡੋਰ ਦੇ ਕੰਮ ਚ ਅੜਿੱਕਾ ਖੜਾ ਹੋ ਗਿਆ। ਅਕਾਲੀ ਮੰਤਰੀ ਗੁਲਜ਼ਾਰ ਸਿੰਘ ਅੜੀਕੇ ਨੇ ਕਰਤਾਰਪੁਰ ਲਾਂਘੇ ਤੇ ਗਲਤ ਬਿਆਨਬਾਜ਼ੀ ਕਰਨ ਵਾਲਿਆਂ ਦੀ ਵੀ ਨਿਖੇਧੀ ਕੀਤੀ ਹੈ। ਦਿੱਲੀ ਚ ਭਗਤ ਰਵਿਦਾਸ ਮੰਦਿਰ ਤੋੜੇ ਜਾਣ ਦਾ ਮਾਮਲਾ, ਫਗਵਾੜਾ ਚ ਰਵਿਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰ ਰਹੇ ਹਨ ਰਵਿਦਾਸ ਭਾਈਚਾਰੇ ਦੇ ਲੋਕ, ਬਹੁਜਨ ਫਰੰਟ ਪੰਜਾਬ ਦੇ ਬੈਨਰ ਹੇਠ ਪ੍ਰਦਰਸ਼ਨ। ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਨੇ, ਕਈ ਪਿੰਡ ਅਜੇ ਵੀ ਗੰਦੇ ਪਾਣੀ ਦੀ ਚਪੇਟ ਵਿੱਚ ਨੇ। ਪਿੰਡ ਵਾਸੀਆਂ ਚ ਗੰਦੇ ਪਾਣੀ ਤੋਂ ਕਈ ਬਿਮਾਰੀਆਂ ਫੈਲ ਰਹੀਆਂ ਨੇ, ਲੋਕਾਂ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਸਵਾਲ ਚੁੱਕੇ ਜਾ ਰਹੇ ਨੇ, ਉੱਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੀਆਂ ਨੇ। ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕਰਨ ਦੇ ਦੋਸ਼ਾਂ ਤਹਿਤ ਬਠਿੰਡਾ ਸੀਆਈਐਸ ਸਟਾਫ 1 ਦੇ ਇੰਸਪੈਕਟਰ ਸਣੇ 4 ਪੁਲਿਸ ਮੁਲਾਜ਼ਮ ਸਸਪੈਂਡ।
ਐਸਐਸਪੀ ਨਾਨਕ ਸਿੰਘ ਨੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਪਾਰਟੀ ਸਣੇ ਪੁਲਿਸ ਕਰਮਚਾਰੀਆਂ ਤੇ ਕੀਤੀ ਵੱਡੀ ਕਾਰਵਾਈ। ਜਲੰਧਰ ਚ ISI ਜਾਸੂਸ ਨੂੰ ਪੁਲਿਸ ਨੇ ਕੀਤਾ ਕਾਬੂ। ਏਅਰਫੋਰਸ ਅਤੇ ਆਰਮੀ ਦੇ ਖੁਫੀਆ ਜਾਣਕਾਰੀ ਭੇਜਣ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ। ਖਾਲਿਸਤਾਨੀ ਗੋਪਾਲ ਚਾਵਲਾ ਨਾਲ ਸਾਂਝੀ ਕਰਦਾ ਸੀ ਖੁਫੀਆ ਜਾਣਕਾਰੀ। ਅੰਮ੍ਰਿਤਸਰ ਦੇ ਲੋਹਗੜ੍ਹ ਵਿਖੇ ਇੱਕ ਔਰਤ ਨੇ 4 ਸਾਲ ਦੇ ਮਾਸੂਮ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਲੋਕਾਂ ਨੂੰ ਸਮੇਂ ਰਹਿੰਦਿਆਂ ਪਤਾ ਚੱਲ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਔਰਤ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਔਰਤ ਦੀ ਕਟੂਤ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਫਿਲਹਾਲ ਔਰਤ ਆਪਣੇ ਆਪ ਨੂੰ ਪਾਕਿਸਤਾਨ ਦੀ ਦੱਸ ਰਹੀ ਹੈ ਤੇ ਉੱਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਦੇ ਕਸਬਾ ਧਰਮਕੋਟ ਦੇ ਥਾਣੇ ਦੇ ਹੌਲਦਾਰ ਦਲਬੀਰ ਸਿੰਘ ਨੇ ਉਸਦੇ ਸਾਥੀ ਨੂੰ ਪਿੰਡ ਵਾਲਿਆਂ ਨੇ ਬੰਨ ਕੇ ਖੂਬ ਕੁਟਾਪਾ ਛਾੜਿਆ, ਬਜਾਏ ਕਿ ਪੁਲਿਸ ਵਾਲਾ ਨਸ਼ੇ ਦੀ ਤਸਕਰੀ ਕਰ ਰਿਹਾ। ਪਿੰਡ ਵਾਲਿਆਂ ਨੂੰ ਛਾੜੇ ਕੁਟਾਪੇ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਬਹਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਆਗੂ ਗੁਲਜ਼ਾਰ ਸਿੰਘ ਰੜੀਕੇ ਨੇ ਸੂਬਾ ਸਰਕਾਰ ਨੂੰ ਹਰ ਸਥਿਤੀ ਲਈ ਜ਼ਿੰਮੇਵਾਰ ਦੱਸਿਆ ਤੇ ਕਿਹਾ ਹੈ ਕਿ ਸੂਬਾ ਸਰਕਾਰ ਹੜ੍ਹ ਨਾਲ ਜੁਟਣ ਲਈ ਅਸਫਲ ਰਹੀ ਹੈ। ਨਾਭਾ ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ SGM ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਅਵਾਰਾ ਪਸ਼ੂ ਨਾਭਾ ਕਚਹਿਰੀਆਂ ਚ ਵੱਧ ਰਹੀ ਰਿਸ਼ਵਤਖੋਰੀ, ਕਿਸਾਨਾਂ ਦੀ ਹੋ ਰਹੀ ਲੁੱਟ ਅਤੇ ਫਸਲਾਂ ਦਾ ਵਾਜਬ ਰੇਟ ਨਾ ਮਿਲਣ ਮੁੱਖ ਮੰਗਾਂ ਨਾਲ ਸ਼ਾਮਲ ਹੈ। ਕਿਸਾਨਾਂ ਨੇ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦੇ ਵੀ ਇਲਜ਼ਾਮ ਲਾਏ। ਲੁਧਿਆਣੇ ਦੀ ਸ਼ਾਲਿਸਦਾ ਧਾਮੀ ਬਣੀ ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ। ਮੰਗਲਵਾਰ ਨੂੰ ਹਿੰਡਨ ਏਅਰਬੇਸ ਚੇਤਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਦਾ ਸਾਂਭਿਆ ਕਾਰਜਭਾਰ।